ਬਿਸਮਿਲ੍ਲਾਹਿਰਰਹਿਮਾਨਿਰਰਹੀਮ ਅਸਲਾਮ ਅਲੈਕੁਮ ਮੇਰੇ ਮੁਹਤਰਮ ਬੰਦੇ ਮੈਂ ਮੁਹੰਮਦ ਅਸਲਮ ਤੁਸੀਂ ਦੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਅਸਲਮ ਜੀ ਸਦਾ ਸਿਰਬੋ ਸਦਾ ਵਸਤੇ ਰਹੋ ਅੱਲਾਹ ਪਾਕ ਤੁਹਾਨੂੰ ਖੁਸ਼ ਰੱਖੀ ਆਬਾਦ ਰੱਖੇ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਔਰ ਬਰਕਤ ਦਾ ਫਰਮਾਏ ਆਮੀਨ ਸੁਮਾ ਆਮੀਨ ਇਸ ਦੁਆ ਦੇ ਨਾਲ ਕਰਨੇ ਜਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕੁਐਸਟ ਹੈ ਕਿ ਜਿਹੜੇ ਭੈਣ ਭਾਈ ਸਾਡੇ ਚੈਨਲ 'ਤੇ ਨਵੇਂ ਆਉਂਦੇ ਨੇ ਸਾਡੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਸਾਡੀ ਹਰ ਨਵੀਂ ਵੀਡੀਓ ਤੁਹਾਡੇ ਤੱਕ ਬਰ ਵਕਤ ਪਹੁੰਚਦੀ ਰਹੇ ਕੰਮ ਕਾਜ ਸਾਰੇ ਨਿਮਟਾਏ ਨੇ ਅਤੇ ਮੈਂ ਹੁਣ ਨਹਾ ਧੋ ਕੇ ਤਿਆਰੀ ਕੀਤੀ ਹੈ ਅੱਜ ਆ ਰਹੇ ਹਾਂ ਜੀ ਕਿਤੇ ਮਹਿਮਾਨ ਬੇਗਮ ਸਾਹਿਬਾ ਵੀ ਤਿਆਰ ਹੋ ਰਹੇ ਨੇ ਹੋ ਗਏ ਵੀ ਤਿਆਰ ਹਾਂਜੀ ਮਾਸ਼ਾਅੱਲਾ ਜੀ ਬੇਗਮ ਸਾਹਿਬਾ ਵੀ ਤਿਆਰ ਹੋ ਗਏ ਨੇ ਜੀ ਹਾਂਜੀ ਅਤੇ ਹੁਣ ਅਸੀਂ ਜਿਹੜਾ ਅਜੇ ਨਹੀਂ ਜੀ ਅਜੇ 9:30 ਨੇ ਇਨਸ਼ਾਅੱਲਾ ਬਾਕੀ ਫਿਰ ਜਿਹੜਾ ਸੀਨ ਹੋਵੇਗਾ ਉਹ ਅੱਗੇ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ ਇਨਸ਼ਾਅੱਲਾ ਅੱਲਾਹ ਪਾਕ ਖਿਆਲ ਰੱਖੇ ਜੀ ਕਿ ਹੁਣ ਨਿਕਲੀਏ ਅੱਗੇ ਦੇਰ ਹੋ ਗਈ ਠੀਕ ਹੈ ਦਰਵਾਜ਼ੇ ਬੰਦ ਕਰੋ ਅਤੇ ਚਲੋ ਅਸੀਂ ਆ ਰਹੇ ਹਾਂ ਅਤੇ ਇੱਥੇ ਆਪਣਾ ਵੇਖ ਰਹੇ ਹਾਂ ਹੁਣ ਹੋਇਆ ਖਾਣੇ ਦਾ ਟਾਈਮ ਅਤੇ ਖਾਣਾ ਖਾਣ ਲੱਗੇ ਹਾਂ ਅਤੇ ਬਾਕੀ ਇੱਕ ਹੋਰ ਕੰਮ ਹੈ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ ਜੀ ਮੈਂ ਹੁਣ ਇੱਥੇ ਚੱਲ ਕੇ ਬਾਹਰ ਭਾਈ ਫੇਰੀ ਵਾਲਾ ਆ ਗਿਆ ਕਿ ਛਾਂ ਨਿੰਮਾਂ ਦੀ ਪੜੋਲਾ ਦਾਣਿਆਂ ਵਾਲਾ ਅੱਛਾ ਜੀ ਆਪ ਬੈਠ ਕੇ ਖਾਣ ਲੱਗ ਪਏ ਨੇ ਖਾਣਾ ਅਤੇ ਮੈਂ ਹੁਣ ਅਤੇ ਪੱਖਾ ਚੱਲ ਰਿਹਾ ਹਵਾ ਅਤੇ ਐਸ ਮੰਜ਼ਿਲਾਂ 'ਤੇ ਬਹਿ ਕੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਜੀ ਉੱਥੇ ਆਪ ਨੂੰ ਖਾਣਾ ਖਾਣ ਲੱਗ ਪਏ ਨੇ ਬੈਠਕ ਵਿੱਚ ਕਿਉਂ ਉੱਥੇ ਫਿਰ ਕੋਈ ਭਾਈ ਆ ਜਾਂਦੇ ਨੇ ਮੈਂ ਉੱਥੇ ਮੈਂ ਉੱਥੇ ਖਾ ਲੈਣੀ ਘੰਟੇ ਵਿੱਚ ਬਹਿ ਕੇ ਖਾ ਲਿਆ ਅਤੇ ਹੁਣ ਜਿਹੜਾ ਬੇਗਮ ਸਾਹਿਬਾ ਦਾ ਪ੍ਰੋਗਰਾਮ ਬਣਦਾ ਕਈ ਭਾਈ ਹੈਗੇ ਭੈਣ ਭਾਈ ਕਮੈਂਟਸ ਵਿੱਚ ਲਿਖਦੇ ਸਨ ਜੀ ਕਿ ਨਹੀਂ ਜੀ ਕਿ ਤੁਹਾਡੀ ਗੋਗੋ ਕਦੋਂ ਸੁਣਾ ਅੱਜ ਉਹਨੇ ਅਸੀਂ ਸੱਚੀ ਗੱਲ ਦੱਸਦੇ ਹਾਂ ਜੀ ਸਾਡੀ ਗੋਗੋ ਜਿਹੜੀ ਉਹ ਸੁਣਨ ਵਾਲੀ ਕੋਈ ਨਹੀਂ ਅਸੀਂ ਉਹਨੂੰ 3-4 ਦਫ਼ਾ ਟੀਕੇ ਰਖਾਏ ਨੇ ਅਤੇ ਉਹ ਨਹੀਂ ਸੁਣਨ ਵਾਲੀ ਨਿਕਲੀ ਹੁਣ ਸਾਡਾ ਪ੍ਰੋਗਰਾਮ ਹੈ ਕਿ ਉਹਨੂੰ ਜਿਹੜਾ ਨਾ ਸੇਲ ਕਰ ਦਈਏ ਅਤੇ ਬੇਗਮ ਸਾਹਿਬ ਆਉਂਦੇ ਨੇ ਮੱਝ ਲਈਏ ਇੱਥੇ ਐਂ ਵਾਜਰਾਂ ਕੋਲ ਅਤੇ ਉਹ ਆਉਂਦੇ ਨੇ ਤੁਸੀਂ ਇਹ ਹੀ ਮੱਝ ਵੇਖ ਲਓ ਇਹ ਜੀ ਪਹਿਲਾ ਵਾਰ ਇਹ ਝੋਟੀ ਸੂਈ ਜੇ ਇਹ ਪਿੱਛੇ ਕੱਟੀ ਜੇ ਇਹ ਹੁਣ ਬੇਗਮ ਸਾਹਿਬ ਵੇਖਦੇ ਨੇ ਇਹਨਾਂ ਦੀ ਸਲਾਹ ਬਣੀ ਤੇ ਫੇਰ ਹੈ ਤੁਹਾਡੇ ਕੋਲ ਡਰਦੀ ਹੈ ਤੁਹਾਡੇ ਕੋਲ ਡਰਦੀ ਹੈ ਠੰਡ ਸਹੀ ਨੇ ਸੋਹਣੇ ਮਾਸ਼ਾਅੱਲਾ
ਅਜੇ ਪਹਿਲਾਂ ਨੇ ਜੀ ਉਹ ਗਾਂ ਤੇ ਨਹੀਂ ਨਾ ਜੀ ਸਾਡੇ ਸਮਝ ਨਹੀਂ ਜੀ ਦੇਸੀ ਜੀ ਮਾਸ਼ਾਅੱਲਾ ਹੈ ਵੇਖਿਆ ਜੀ ਸੋਹਣੀ ਸੋਹਣੀ ਮਾਸ਼ਾਅੱਲਾ ਅਜੇ ਪਹਿਲਾ ਵਾਰ ਹੈ ਤੇ ਪੰਜ ਛੇ ਦਿਨ ਹੋਏ ਨੇ ਸੂਈ ਨੂੰ ਤੇ ਸਾਡੇ ਭੈਣ ਭਾਈਆਂ ਦੀ ਕਮੈਂਟਸ ਵਿੱਚ ਦੱਸਣਾ ਹਾਂਜੀ ਇਹ ਕੱਟੀ ਹੈ ਮਗਰ ਕਿ ਅਸੀਂ ਮੱਝ ਲੈ ਲਈਏ ਜਾਂ ਗਾਏ ਰੱਖੀ ਗੋਗੋ ਤੇ ਅਸੀਂ ਫਿਰ ਸੇਲ ਕਰ ਦੇਣੀ ਹੈ ਗੋਗੋ ਤੇ ਅਸੀਂ ਰੱਖਣੀ ਨਹੀਂ ਇਹ ਤੇ ਪਿਛਲੇ ਜਿਹੜੀ ਅੱਗੇ ਮੱਝ ਵੇਚੀ ਸੀ ਉਹਦੀ ਜਿਹੜਾ ਕੱਟੀ ਇਹ ਹੋਰ ਸਾਲ ਨੂੰ ਮੱਝ ਬਣ ਜਾਣੀ ਪਰ ਅਸੀਂ ਵੇਖਣੇ ਆ ਜੀ ਸਲਾਹ ਮਸ਼ਵਰਾ ਕਰਨੇ ਆ ਅਗਰ ਅਸੀਂ ਮੱਝ ਲੈ ਲਈ ਤੇ ਫਿਰ ਅਸੀਂ ਗਾਏ ਤਿਆਰ ਹੋਈ ਤੇ ਉਹ ਵੀ ਸੇਲ ਕਰ ਦੇਣੀ ਇੱਕ ਹੀ ਜਾਨਵਰ ਰੱਖਣਾ ਬਸ ਸ਼ਕਲੈਨ ਨੂੰ ਤਾਂ ਮੈਂ ਬਥੇਰਾ ਆਖਿਆ ਜੀ ਮੈਂ ਆਖਿਆ ਚੱਲ ਤੈਨੂੰ ਉੱਥੇ ਹੀ ਆਪਣਾ ਉੱਥੇ ਹੀ ਸਕੂਲੇ ਘੱਲਾਂਗੇ ਤੈਨੂੰ ਆਰਾਮ ਨਾਲ ਚੱਕ ਦੇ ਵਿੱਚ ਅੱਠਾਂ ਜਮਾਤਾਂ ਦਾ ਸਕੂਲ ਹੈ ਆਪਣਾ ਆਰਾਮ ਨਾਲ ਅੱਠ ਪੜ੍ਹ ਕੇ ਉਹਨੇ ਤੈਨੂੰ ਮੋਟਰਸਾਈਕਲ ਦੀ ਜਾਂਚ ਸਿੱਖ ਲੈਣੀ ਹੈ ਤਾਂ ਹੈ ਸੁਣਦਾ ਬੜੀ ਗੱਲ ਬੜੀ ਸੁਣਦਾ ਹੁਣ ਆ ਜਾਈਏ ਚਾਹੇ ਤੇ ਕੱਪ ਵੀ ਵੱਡੇ ਵੱਡੇ ਹਾਂਜੀ ਤੇ ਚਾਹੇ ਪੀਨੇ ਚਾਹੇ ਪੀ ਕੇ ਤੇ ਫਿਰ ਅਸੀਂ ਇਨਸ਼ਾਅੱਲਾ ਨਿਕਲਾਂਗੇ ਉਹ ਵੱਡਾ ਹੀ ਵੱਡਾ ਜੀ ਅੱਛਾ ਜੀ ਚਾਰ ਵੱਜ ਗਏ ਨੇ ਹੁਣ ਅਸੀਂ ਜਾ ਰਹੇ ਹਾਂ ਵਾਪਸ ਇਹ ਜੀ ਰਸਤੇ ਚ ਆਉਂਦੀ ਹੈ ਨਹਿਰ ਥਲ ਕੇ ਨਾਲ ਇਹ ਦਰਿਆ ਸਿੰਧ ਚੋਂ ਨਿਕਲਦੀ ਹੈ ਜੀ ਤੋਂ ਸਾਡੇ ਜ਼ਿਲ੍ਹਾ ਮੁਜ਼ੱਫਰਗੜ੍ਹ ਤੱਕ ਜਾਂਦੀ ਹੈ ਦਰਿਆ ਸਿੰਧ ਚੋਂ ਇਹ ਕਾਲੇ ਬਾਗਾਂ ਵਾਲੇ ਮੁਕਾਮ ਤੋਂ ਨਿਕਲਦੀ ਹੈ ਮੀਆਂਵਾਲੀ ਤੋਂ ਪਿੱਛੋਂ ਰਸਤੇ 'ਚ ਸਾਰੇ ਇਲਾਕੇ ਨੂੰ ਜਿਹੜਾ ਨਾ ਪਾਣੀ ਪਾਣੀ ਦੇ ਰਹੀ ਔਰ ਇਹ ਥੱਲਿਓਂ ਉੱਤੋਂ ਇਹਦੀ ਚੁੜਾਈ ਦੇਖ ਲਵੋ ਥੱਲਿਓਂ ਜਿਹੜਾ ਇਹਦਾ ਥੱਲਾ ਜਿਹੜਾ ਉਹ ਇੱਕ ਇੱਟ ਦਾ ਇੱਕ ਇੱਟ ਤੋਂ ਉੱਤੇ ਜਿਹੜਾ ਨਾ ਚੌੜੀ ਫਿਰ ਆਹਿਸਤਾ ਆਹਿਸਤਾ ਖੁੱਲ੍ਹਣੀ ਸ਼ੁਰੂ ਹੋ ਉਤਲੀ ਸਾਈਡ ਵੇਖੋ ਕਿੰਨੀ ਹੈ ਔਰ ਥੱਲੇ ਇੰਨੀ ਇਹਦੀ ਜਿਹੜਾ ਨਾ ਡੂੰਘਾਈ ਹੈ ਬਹੁਤ ਡੂੰਘੀ ਜੀ ਅਤੇ ਬਹੁਤ ਸਪੀਡ ਨਾਲ ਪੈਣੀ ਜੀ ਬੇਗਮ ਸਾਹਿਬਾ ਜੀ ਵੇਖੋ ਮਜ਼ੇ ਨਾਲ ਕਿਨਾਰੇ 'ਤੇ ਬੈਠੇ ਨੇ ਅਤੇ ਉਸ ਤਰ੍ਹਾਂ ਡਰਦੇ ਵੀ ਸਨ ਮੈਨੂੰ ਆਉਂਦੇ ਸਨ ਅਗਾਂਹ ਨਹੀਂ ਜ਼ਿਆਦਾ ਜਾਣਾ ਨਹੀਂ ਜੀ ਨਹੀਂ ਪੌੜੀਆਂ ਥੱਲੇ ਵਾਲੀਆਂ ਸਵਾਲ ਲੱਗਿਆ ਉੱਥੋਂ ਪੈਰ ਤਿਲਕ ਜਾਂਦਾ ਗਰਮੀ ਵੀ ਜੀ ਸੂਰਜ ਵੇਖੋ ਕਿਵੇਂ ਤਪ ਰਿਹਾ ਅੱਜ ਵੀ ਬਹੁਤ ਜ਼ਿਆਦਾ ਪਾਣੀ ਜਿਹਦਾ ਜੀ ਇਹ ਬਾਜਰਾ ਵੇਖੋ ਜੀ ਇਹ ਜਿਹੜਾ ਅਗੇਤੀ ਕਾਸ਼ਤ ਕਿਸੇ ਭਾਈ ਨੇ ਕੀਤੀ ਹੈ ਰਸਤੇ ਦੇ ਵਿੱਚ ਆਇਆ ਔਰ ਮੈਨੂੰ ਇਹ ਪਲਾਟ ਬੜਾ ਪਿਆਰਾ ਲੱਗਿਆ ਅਤੇ ਮੈਂ ਖੇ ਦਾ ਜ਼ਰੂਰ ਕਲੇ ਪਾਵਾਂ ਜੀ ਤੋੜੋ ਚੱਕ ਦੀ ਨੁੱਕਰ ਤੱਕ ਇਹ ਹੁਣ ਹੈ ਤਕਰੀਬਨ 3 ਏਕੜ ਅਤੇ ਮਾਸ਼ਾਅੱਲਾ ਜੀ ਇਹ ਵੇਖੋ ਜੀ ਸਿੱਟਾ ਵੀ ਕਿਵੇਂ ਨਿਕਲਿਆ ਔਰ ਕਿਸ ਤਰ੍ਹਾਂ ਬੂਰ ਮੌਸਮ ਖੁਸ਼ਕ ਹੈ ਨਾ ਜੀ ਹੁਣ ਇਹਦਾ ਬੂਰ ਵੀ ਇਹਨੇ ਦਾਣਾ ਵੀ ਐਵੇਂ ਚੁੱਕਣਾ ਹਾਂਜੀ ਅਤੇ ਅਗਰ ਇਹ ਬਾਰਿਸ਼ਾਂ ਵਿੱਚ ਜਿਹੜਾ ਨਾ ਫਿਰ ਇਹਦਾ ਬੂਰ ਚੜ ਜਾਂਦਾ ਇਹਨੇ ਇੱਕ ਮਹੀਨੇ ਦੇ ਤਿਆਰ ਹੋ ਜਾਣਾ ਜੀ ਅਤੇ ਮਾਸ਼ਾਅੱਲਾ ਸਾਰਾ ਫੁੱਟ ਤੋਂ ਜ਼ਿਆਦਾ ਐਵੇਂ ਗੱਲ ਜੀ 1.5-1.5 ਫੁੱਟ ਦਾ ਸਿੱਟਾ ਔਰ ਇਹਦਾ ਮੋਟਾ ਹੈ
ਬੀਜ ਵੀ ਅੱਛਾ ਨਾ ਕੋਈ ਬੀਜ ਦੀ ਵਰਾਇਟੀ ਅੱਛੀ ਮਾਸ਼ਾਅੱਲਾ ਜੀ ਅੱਲਾ ਪਾਕ ਖੈਰ ਖਰੀਅਤ ਨਾਲ ਜੀ ਸਿਰੇ ਲਾਵੇ ਔਰ ਮਾਲਕਾਂ ਦੇ ਕਿਸਮਤ ਚ ਕਰੇ ਕਿਉਂਕਿ ਜੀ ਜ਼ਿਮੀਂਦਾਰ ਜਿਹੜਾ ਹੁੰਦਾ ਨਾ ਉਹਨੂੰ ਕੋਈ ਅੱਛੀ ਫਸਲ ਵੇਖ ਕੇ ਅਤੇ ਖੁਸ਼ੀ ਹੁੰਦੀ ਹੈ ਮੈਨੂੰ ਇਹ ਮੈਂ ਵੇਖਿਆ ਕਿ ਇਹ ਪਲਾਟ ਬੜਾ ਪਿਆਰਾ ਲੱਗਾ ਹਾਂਜੀ ਸਾਡੇ ਪਿੰਡ ਵਿੱਚ ਜਿਹੜਾ ਉੱਥੇ ਜੀ ਛੋਟੇ ਨੇ ਉਹ ਕਿਤੇ ਇੱਕ ਮਹੀਨੇ ਨੂੰ ਜਾ ਕੇ ਨਿਸਰਨੇ ਨੇ ਇਹ ਜੀ ਕਿਤੇ ਹਾੜ੍ਹ ਦਾ ਬੀਜੇ ਹੈ ਹਾਂਜੀ ਤਾਂ ਹੁਣ ਇਹ ਹਾਂਜੀ ਮੈਂ ਅਮਰਾਂ ਵੱਲੋਂ ਫਿਰ ਤੁਰ ਕੇ ਅਤੇ ਬੇਗਮ ਸਭਾ ਆਉਂਦੇ ਹਾਂ ਆਪਣੇ ਜਾਨਵਰਾਂ ਦੁਆਲੇ ਪਾਣੀ ਪਿਆ ਜੀ ਉਹ ਗੰਦੀਏ ਇਹ ਗਾਏ ਸਾਡੀ ਨੇ ਜੀ ਬੜੀ ਭੈੜੀ ਆਦਤ ਪਈ ਕਦੇ ਨਹੀਂ ਸਾਨੂੰ ਇਹ ਕੰਮ ਮਿਸ ਕੀਤਾ ਹੁਣ ਪਤਾ ਨਹੀਂ ਇਹਨੂੰ ਐਸੀ ਗੰਦੀ ਆਦਤ ਪਈ ਜੀ ਮੂੰਹ ਮਾਰਦੀ ਹੈ ਪੱਠੇ ਚੁੱਕ ਕੇ ਬਾਹਰ ਸਹੀ ਕੀਤਾ ਜੀ ਉਹ ਭਰ ਜਾਣ ਲਈ ਪੈਪ ਲੈ ਆਵਾਂਗੇ ਜੀ ਇਹ ਦੇਖੋ ਜੀ ਬੇਗਮ ਸਭਾ ਦੀ ਖੇਤੀ ਮਾਸ਼ਾਅੱਲਾ ਇਹ ਕਮਾਦ ਵੇਖੋ ਜੀ ਇਹ ਨਾਲ ਗੰਨੇ ਬਣ ਰਹੇ ਨੇ ਔਰ ਇਹਨਾਂ ਨੂੰ ਨਾ ਵੱਢਿਆ ਇਹ ਅਗਲੇ ਸਾਲ ਇਹ ਵੇਖਿਆ ਜੇ ਕਿਵੇਂ ਗੰਨੇ ਬਣਦੇ ਮੋਢੇ ਚਲੋ ਜੀ ਮੁੱਕਣਾ ਨੀ ਕਰਨਾ ਜਿੰਨਾ ਮਰਜ਼ੀ ਹੈ ਚੂਪਣ ਵਾਸਤੇ ਹਾਂਜੀ ਕਿਸ ਤਰ੍ਹਾਂ ਜੀ ਮੋਟੀ ਮੋਟੀ ਮੱਟੀ ਤਿਆਰ ਹੋ ਰਹੀ ਇਹਨੂੰ ਪਾਣੀ ਵੀ ਪਾਇਆ ਕਰੋ ਹਾਂਜੀ ਇੱਥੇ ਰੱਖ ਕੇ ਚਲੋ ਜੀ ਗੁੰਨੀ ਵੀ ਸਾਡੀ ਬੜੀ ਪਿਆਰੀ ਚੱਲ ਗਈ ਉਹ ਸ਼ਤੂਤ ਵੀ ਇਹ ਵੀ ਮਾਸ਼ਾਅੱਲਾ ਠੀਕ ਹੈ ਇਹ ਸਾਲ ਦੋ ਦੇ ਵਿੱਚ ਜਿਹੜਾ ਨਾ ਇੱਥੇ ਆਪਣੇ ਜਾਨਵਰਾਂ ਦੇ ਕੋਲ ਬਹਾਰ ਬਣ ਜਾਣੀ ਛਾਂ ਦੀ ਵੀ ਬਿਲਕੁਲ ਸਹੀ ਹੈ ਸਹੀ ਹੈ ਇੱਥੇ ਨਾਲੇ 'ਤੇ ਇਹ ਜਗ੍ਹਾ ਸਾਫ਼ ਸੁਥਰੀ ਕਰਕੇ ਜੀ ਇਹਦੇ ਵਿੱਚ ਪਰ ਇਹ ਸਾਨੂੰ ਠੀਕ ਹੈ ਅਸੀਂ ਫੁੱਲ ਪੌਦੇ ਨਹੀਂ ਲਾਉਂਦੇ ਇਹ ਜੀ ਆਪਣਾ ਮਕਈ ਕਮਾਦ ਗੰਨੇ ਆਪਣਾ ਘਰ ਦੇ ਗੰਨੇ ਹੋ ਜਾਣੇ ਕਰਨੇ ਫਾਲਤੂ ਜਿਹੜੇ ਹੋਏ ਆਪਣਾ ਵੱਢ ਕੇ ਆਪਣੇ ਜਾਨਵਰਾਂ ਨੂੰ ਕੁਤਰ ਕੇ ਪਾ ਲਏ ਇਹ ਬੇਗਮ ਸਾਹਿਬ ਨੇ ਇੱਥੇ ਮਕਈ ਦੇ ਚੋਪੇ ਲਾਏ ਸਨ ਵੇਖੋ ਜੀ ਕਿਵੇਂ ਇਹਨਾਂ ਨੂੰ ਹੁਣ ਕੱਲ ਨੂੰ ਜਿਸ ਬਾਜਰੇ ਨੂੰ ਖਾਦ ਲਿਆਵਾਂਗੇ ਨਾ ਤੇ ਬਾਜਰੇ ਵਾਸਤੇ ਤੇ ਉਹਨਾਂ ਚੋਂ ਲੈ ਕੇ ਨਾ ਮੁੱਠ ਇਹਨਾਂ ਨੂੰ ਖਾਦ ਪਾਏ ਹਾਂਜੀ ਫਿਰ ਵੇਖਿਆ ਜੇ ਤਿਆਰ ਹੁੰਦੀ ਬਸ ਰੂੜੀ ਇੰਨੀ ਬੜੀ ਇਹ ਸ਼ਤੂਤ ਸਾਡਾ ਜੀ ਮਾਸ਼ਾਅੱਲਾ ਕਿਵੇਂ ਚੱਲਿਆ ਵੇਖ ਲਓ ਕਿਵੇਂ ਪੋਰੀ ਬਣਾਈ ਜਾਂਦਾ ਹਾਂਜੀ ਬਸ 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 ਨਹੀਂ ਵੜਿਆ ਜਾਣਾ ਹੱਥ ਫਿਰ ਕੇ ਛੁਰੀ ਨਾਲ ਲਾ ਛੱਡਣਾ ਛੁਰੀ ਨਾਲ ਲਾ ਛੱਡਣਾ ਕੋਈ ਗੱਲ ਨੀ ਜੀ ਇਹਨੇ ਬਹੁਤ ਵੱਡਾ ਦਰਖਤ ਬਣਨਾ ਨੀ ਸਕਦਾ ਰਹਿਣ ਦਿਓ ਹਾਂਜੀ ਰੱਸੀ ਨਾਲ ਸਪੋਰਟ ਬੜੀ ਫਰੂਟ ਮਾਸ਼ਾਅੱਲਾ ਜੀ ਹੁਣ ਮੋਟੇ ਹੋਣ ਲੱਗ ਪਏ ਬਾਕੀ ਨਹੀਂ ਜਿਵੇਂ ਦੀ ਗੁੰਮੀ ਹੋਣੀ ਹੈ ਨਾ
ਬੜੀ ਛਤਲੀ ਬਣੀ, ਇਹਨੂੰ ਥੱਲੀ ਥੱਲੀ ਸਾਈਡ ਤੋਂ ਇਹਨੂੰ ਛੰਗਿਆ ਜੀ। ਹਾਂ ਸਿਰੇ ਉੱਚੀ ਜਾ ਕੇ ਛਤਲੀ ਬਣਾਵੇ ਜੀ, ਜੇ ਤੇ ਇਹਨੇ ਇੱਥੇ ਥੱਲੇ ਵੜਨ ਵੀ ਨਹੀਂ ਦੇਣਾ। ਨੀਵੀਂ ਛਤਲੀ ਬਣੀ ਜੀ, ਚਲੋ ਜੀ ਜਿਹਨੇ ਬਣਾਇਆ ਸੀ ਉਹਨੇ ਬੱਚੇ ਕੱਢ ਕੇ ਲੈ ਗਿਆ ਹੋਣੇ। ਅੱਛਾ ਜੀ ਵੀਡੀਓ ਦਾ ਕਰਨੀ ਅੱਛੀ ਜੈਂਡ, ਐਸੀ ਸਾਡੀ ਅੱਜ ਦੀ ਵੀਡੀਓ ਸਾਡੇ ਭੈਣ ਭਾਈਆਂ ਨੂੰ ਚੰਗੀ ਲੱਗੇ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਓ, ਲਾਈਕ ਕਰਿਓ, ਅਤੇ ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਆਪਣਾ ਬਹੁਤਾ ਬਹੁਤਾ ਖਿਆਲ ਰੱਖਿਓ, ਅੱਲਾ ਸੋਹਣੇ ਦੇ ਹਵਾਲੇ, ਅੱਲਾ ਹਾਫਿਜ਼।